सत श्री अकाल जी, तुसीं जुड़ चुके हो चैनल इंडिया क्राइम न्यूज़ दे नाल। चैनल इंडिया क्राइम न्यूज़ वेख रहे सारे दर्शकों का एक बार फिर तो स्वागत करते हैं जी। बटाला पुलिस अधीन पिंड हलका श्री हरगोबिंदपुर के कस्बा घुमाण नज़दीक बाबा नामदेव यूनीवर्सिटी कॉलेज किशनकोट विखे कॉलेज के दो तीर विचकार होए झगड़े दौरान गोलियां चलन का समा प्राप्त होया है। जानी नुकसान तो बचा DSP प्री श्री हरगोबिंदपुर गुरविंदर बीर सिंह सिद्धू वालों पुलिस पार्टी समेत मौके पर पहुँच के की जांच शुरू। इस घटना संबंधी मीडिया को जानकारी दिंदिया पुलिस थाना श्री हरगोबिंदपुर SHO मैडम बलजीत कौर सारा ने दसिया कि शनिवार को कॉलेज में फंक्शन दौरान कॉलेज के विद्यार्थियों के आपस के झगड़ा होया सी। उत्थे ही रंजिश नूं चलदिया अज एक धड़े के विद्यार्थियों वालों कॉलेज के विद्यार्थी की कुटमार की गई। इस झगड़े के चलदिया ही गड्डिया के विच सवार होके आए नौजवानों वालों कॉलेज के विच गोलियां चलाईया गई। पुलिस वल मौके के उत्ते पहुँच गई, घटना की जाँच की जा रही है। कॉलेज के लगे CCTV कैमरे कैद होए कॉलेज अंदर दाखिल होंदिया गोलियां चलाने वाले नौजवान कॉलेज के विद्यार्थियों विच महम का माहौल बनिया होया है। कॉलेज के प्रिंसीपल भी सिंह ने दसिया कि कॉलेज के विद्यार्थियों विच शनिवार को फंक्शन दौरान मामूली झगड़ा होया सी, जिस दे विच तहत एक धड़े वालों दूसरे के विद्यार्थियों की कुटमार की गई और बाहरों आए व्यक्तियों वालों कॉलेज में गोलियां चलाई गई, जिस नाल कॉलेज के विद्यार्थियों विच महम माहौल बनिया होया है। आओ दिखाने तुहानू चैनल के माध्यम राही कुछ लाइव तस्वीर, देखते रहो चैनल इंडिया क्राइम न्यूज़ तो। बटाला तो पत्रकार अखिल मल्होत्रा के नाल सुखनाम सिंह कहलो की खास रिपोर्ट। मिलते हैं जी अगली खबर के नाल, धन्यवाद। अज एक्चुअली सवेरे कॉलेज के विद्यार्थियों के दो ग्रुपों के जरा एक झड़प हुई थी। एक बच्चे कुछ विद्यार्थियों ने कुटिया सीगा ते बाद विच शायद हो सकता उन्हें दूजे बाहरों बच्चे बुला के जिहड़े बाहर आउटसाइडर आए थे उन्होंने फायरिंग भी की। फायरिंग करके नाल दी नाल जिहड़ा एक वो निकल के चले गए। सर जिहड़े सेंट्रल डे नूं जिहड़ा झगड़ा होया है ਉਹ ਕਿਉਂ ਅਤੇ ਕਿਸ ਕਰਕੇ ਹੋਇਆ ਜੀ? ਸੈਟਰਡੇ ਨੂੰ ਬੇਸਿਕਲੀ ਕਾਲਜ ਦੇ ਵਿੱਚ ਝਗੜਾ ਕੋਈ ਨਹੀਂ ਸੀ ਹੋਇਆ। ਸੈਟਰਡੇ ਨੂੰ ਅਸੀਂ BSC BA BSC ਵਿਦਿਆਰਥੀਆਂ ਦੀ ਜਿਹੜੀ ਹੈ ਨਾ ਫੇਅਰਵੈਲ ਫੰਕਸ਼ਨ ਰੱਖਿਆ ਹੋਇਆ ਸੀਗਾ ਅਤੇ ਉਹ ਫੰਕਸ਼ਨ ਦੇ ਦੌਰਾਨ ਦੋ ਕਾਲਜ ਦੇ ਵਿਦਿਆਰਥੀ ਸੀ ਉਹਨਾਂ ਨਾਲ ਦੋ ਚਾਰ ਆਊਟਸਾਈਡਰ ਆਏ ਹੋਏ ਸੀਗੇ। ਉਹ ਸਟੇਜ 'ਤੇ ਚੜ੍ਹਨ ਤੋਂ ਜਿਹੜਾ ਇੱਕ ਨੇ ਉਹਨਾਂ ਨੂੰ ਰੋਕਿਆ ਗਿਆ ਸੀਗਾ ਸਟਾਫ ਵੱਲੋਂ ਅਤੇ ਜਦੋਂ ਦੇਖਿਆ ਕਿ ਗੱਲ ਨਹੀਂ ਹੈ ਤਾਂ ਉਹਨਾਂ ਨੂੰ ਫਿਰ ਜਿਹੜਾ ਹੈ ਕਿ ਨਹੀਂ ਕਾਲਜ 'ਚੋਂ ਬਾਹਰ ਕੱਢ ਦਿੱਤਾ ਗਿਆ ਸੀਗਾ ਅਤੇ ਨਾਲ ਦੀ ਨਾਲ ਪੁਲਿਸ ਵਾਲਿਆਂ ਨੂੰ ਇਨਫੋਰਮ ਕਰਤਾ ਸੀ। ਫਿਰ ਦੋ ਪੁਲਿਸਮੈਨ ਜਿਹੜਾ ਹੈ ਕਿ ਨਹੀਂ ਉਹ ਆ ਗਏ ਸੀਗੇ, ਉਹ ਆ ਕੇ ਗੇਟ 'ਤੇ ਜਿਹੜਾ ਹੈ ਕਿ ਨਹੀਂ ਬੈਠ ਗਏ ਸੀ। ਸਰ ਲਿਖਤੀ ਰੂਪ 'ਚ ਪੁਲਿਸ ਨੂੰ ਕੋਈ ਕੰਪਲੇਂਟ ਕੀਤੀ? ਲਿਖਤੀ ਰੂਪ ਦੇ ਵਿੱਚ ਜਿਹੜਾ ਹੈ ਕਿ ਨਹੀਂ, ਕਿਉਂਕਿ ਮੇਰੇ ਕੋਲ ਕੋਈ ਰਿਟਨ ਸ਼ਿਕਾਇਤ ਨਹੀਂ ਆਈ ਕਿਸੇ ਗੱਲ ਦੀ, ਇਸ ਕਰਕੇ ਨਹੀਂ ਕੀਤੀ। ਸ਼ਨੀਵਾਰ ਕੋਈ ਇਹੋ ਜਿਹੀ ਗੱਲ ਨਹੀਂ ਸੀ, ਨਾ ਹੀ ਕੋਈ ਮਤਲਬ ਕੋਈ ਇੱਦਾਂ ਦਾ ਮੇਜਰ ਇਸ਼ੂ ਸੀਗਾ ਜਿੰਨਾ ਚਿਰ ਫੰਕਸ਼ਨ ਚੱਲਦਾ ਰਿਹਾ। ਪਰ ਸਿਰਫ ਅਸੀਂ ਟੈਲੀਫੋਨ 'ਤੇ ਬੰਦੇ ਜਿਹੜਾ ਇੱਕ ਨਹੀਂ ਪੁਲਿਸ ਵਾਲੇ ਜ਼ਰੂਰ ਬੁਲਾ ਲਏ ਸੀਗੇ ਤਾਂ ਕਿ ਕੋਈ ਅਨਸੁਖਾਵੀ ਘਟਨਾ ਜਿਹੜਾ ਇੱਕ ਨਹੀਂ ਨਾ। ਸਰ ਅੱਜ ਪਹਿਲਾਂ ਇੱਕ ਬੱਚੇ ਨੂੰ ਕੁੱਟਿਆ ਗਿਆ? ਹਾਂਜੀ ਹਾਂਜੀ। ਕੁਝ ਸਟੂਡੈਂਟ ਵੱਲੋਂ? ਹਾਂਜੀ ਹਾਂਜੀ। ਅਤੇ ਬਾਅਦ ਦੇ ਵਿੱਚ ਆਊਟਸਾਈਡਰ ਵੀ ਆਏ ਤਾਂ ਉਹਨਾਂ ਨੇ ਆਣ ਕੇ ਗੋਲੀ ਵੀ ਚਲਾਈ? ਹਾਂਜੀ ਹਾਂਜੀ, ਬਿਲਕੁਲ ਠੀਕ ਹੈ, ਬਿਲਕੁਲ ਠੀਕ। ਉਹ ਪਹਿਲਾਂ ਤੁਹਾਨੂੰ ਪਤਾ ਲੱਗਾ ਵੀ ਬੱਚੇ ਨੂੰ ਕੁੱਟਿਆ ਗਿਆ? ਮੈਂ ਜਦੋਂ ਸਭ ਤੋਂ ਪਹਿਲਾਂ ਮੈਨੂੰ ਜਿਹੜਾ ਹੈ ਕਿ ਨਹੀਂ ਟੈਲੀਫੋਨ ਪਤਾ ਆਇਆ ਸੀ, ਉਹ ਲੱਗਾ ਪਤਾ ਲੱਗਿਆ ਕਿ ਕੁਛ ਵਿਦਿਆਰਥੀ ਜਿਹੜਾ ਹੈ ਕਿ ਨਹੀਂ ਉਹ ਹੱਥ 'ਚ ਸੋਟੇ ਫੜ ਕੇ ਘੁੰਮ ਰਿਹਾ ਕਾਲਜ ਦੇ ਵਿੱਚ ਅਤੇ ਇਮੀਡੀਏਟਲੀ ਜਿਹੜਾ ਹੈ ਕਿ ਨਹੀਂ ਅਸੀਂ ਪੁਲਿਸ ਸਟੇਸ਼ਨ ਜਿਹੜਾ ਹੈ ਕਿ ਨਹੀਂ ਇਨਫੋਰਮ ਕਰ ਦਿੱਤਾ। ਠੀਕ ਹੈ, ਜਦੋਂ ਤੱਕ ਪੁਲਿਸ ਆਈ ਉਸ ਤੋਂ ਪਹਿਲਾਂ ਜਿਹੜਾ ਹੈ ਕਿ ਨਹੀਂ ਤੁਸੀਂ ਕਹੋ ਮੁੰਡੇ ਨੂੰ ਉਹਨਾਂ ਨੇ ਕੁੱਟ ਦਿੱਤਾ ਸੀਗਾ ਅਤੇ ਬਾਹਰਲੇ ਮੁੰਡਿਆਂ ਨੇ ਜਿਹੜਾ ਹੈ ਕਿ ਨਹੀਂ ਫਾਇਰ ਕਰਕੇ ਜਿਹੜਾ ਹੈ ਕਿ ਨਹੀਂ ਉਹ ਚਲੇ ਗਏ ਸੀ। ਪਹਿਲਾਂ ਜਿਹੜੀ ਕੁੱਟਮਾਰ ਹੋਈ ਉਹ ਮੁੰਡੇ ਦਾ ਨਾਂ ਕੀ ਜੀ? ਜਿਹੜੇ ਮੁੰਡੇ ਦੀ ਕੁੱਟਮਾਰ ਹੋਈ ਹੈ ਉਹਦਾ ਰਵਿੰਦਰਜੀਤ ਸਿੰਘ ਨਾਮ ਹੈ। ਅਤੇ ਬਾਅਦ ਦੇ ਵਿੱਚ ਜਿਹੜੀ ਫਾਇਰਿੰਗ ਹੋਈ ਹੈ? ਹਾਂਜੀ ਹਾਂਜੀ। ਉਹ ਕਿੰਨੇ ਬੰਦੇ ਸੀਗੇ ਬਾਹਰੋਂ ਆਏ ਤੇ ਕਿੱਦਾਂ ਅੰਦਰ ਦਾਖਲ ਕਿੱਦਾਂ ਹੋ ਗਏ? ਹਾਂ, ਉਹ ਮੈਂ ਸਕਿਉਰਟੀ ਆਫੀਸਰ ਜਿਹੜਾ ਸਾਡਾ ਗੇਟ ਦੇ ਉੱਪਰ ਡਿਊਟੀ ਦੇ ਰਿਹਾ ਸੀ ਉਹਨੂੰ ਬੁਲਾ ਕੇ ਪੁੱਛਿਆ ਮੈਂ ਅਤੇ ਉਹਨੇ ਦੱਸਿਆ ਕਹਿੰਦਾ ਮੈਨੂੰ ਆ ਕੇ ਨਾਲ ਦਬਕਾ ਮਾਰਿਆ ਵੀ ਗੇਟ ਖੋਲਦੇ ਨਹੀਂ ਤਾਂ ਇੱਧਰ ਨੂੰ ਗੋਲੀ ਮਾਰ ਦੇਵਾਂਗੇ। ਮੈਂ ਡਰਦੇ ਮਾਰੇ ਗੇਟ ਖੋਲ ਦਿੱਤਾ ਅਤੇ ਅੰਦਰ ਚਲੇ ਗਏ। ਕਿੰਨੇ ਜਾਣੇ ਸੀਗੇ? ਦੇਖੋ ਐਗਜੈਕਟਲੀ ਮੈਂ ਤਾਂ ਦੇਖੇ ਨਹੀਂ, ਪਰ 500 ਬੰਦੇ ਜਿਹੜਾ ਨਹੀਂ ਦੱਸਿਆ ਜਾਂਦਾ ਕਿ ਹੈਗੇ ਸੀ। ਅਤੇ ਕਿੰਨੇ ਰਾਊਂਡ ਫਾਇਰ ਕੀਤੇ ਸੀ? ਜੋ ਮੈਨੂੰ ਮੈਂ ਇਨਫੋਰਮੇਸ਼ਨ ਪ੍ਰਾਪਤ ਕੀਤੀ ਹੈ ਸਾਰੇ ਸਕਿਉਰਿਟੀ ਵਾਲਿਆਂ ਕੋਲੋਂ 5 ਤੋਂ 6 ਰਾਊਂਡ। ਸੈਚਰਡੇ ਨੂੰ ਇੱਕ ਇੱਥੇ ਪਾਰਟੀ ਸੀਗੀ, ਫੇਵਰਲ ਪਾਰਟੀ ਸੀਗੀ BA ਸੈਕਿੰਡ ਈਅਰ ਅਤੇ ਫਾਈਨਲ ਵਾਲਿਆਂ ਦੀ। ਉਹਦੇ ਵਿੱਚ ਇਹਨਾਂ ਦਾ ਸਟੇਜ ਤੋਂ ਚੜ੍ਹਨ ਤੋਂ ਮਾਮੂਲੀ ਜਿਹੜਾ ਇਹਨਾਂ ਦਾ ਪਹਿਲਾਂ ਉਹਨਾਂ ਦਾ ਸੈਚਰਡੇ ਨੂੰ ਝਗੜਾ ਹੋਇਆ ਸੀ, ਫਿਰ ਇਹ ਖਤਮ ਹੋ ਗਿਆ ਆਪਸ ਹੀ, ਉਹ ਘਰ ਚਲ ਗਏ ਦੋਨੋਂ ਜਾਣੇ।
उस तो दोनों पार्टियां, उस तो बाद आज मंडे नूं सवेरे रविंदर नूं इन्हां ने मार कटाई की। फिर रविंदर ने फोन करके ते दूसरी पार्टी नूं बुला के ते इत्थे जिहड़ी उन्होंने फायरिंग की हैगी, जिहड़ी कि आपसी इन्हां दी दोनों घरां दी झड़प होई, पर किसी दे गोली नहीं लगी, कुछ नहीं। पंज ते छे दे विच कि गोली चलन तो पहले झगड़ा भी होना, इन्हां दा आपस विच पहला झगड़ा होया। ਕਿੰਨੇ ਹਥਿਆਰ ਸੀ ਉਹਨਾਂ ਦੇ? ਦੱਸਣ ਮੁਤਾਬਕ 2 ਜਾਂ 3, ਬਾਕੀ ਆਈਡੈਂਟੀਫਾਈ ਅਸੀਂ ਅਜੇ ਕਰ ਰਹੇ ਹੈਗੇ ਹਾਂ, ਐਫ ਆਈ ਆਰ ਦਰਜ ਕਰ ਰਹੇ ਹਾਂ। ਫਿਰ ਜੋ ਤਫਤੀਸ਼ ਵਿੱਚ ਅੱਗੇ ਆਉਣਗੇ ਵੀ ਕਿੰਨੇ ਹਥਿਆਰ ਆ, ਫਿਰ ਉਹਦੇ ਬਾਰੇ ਅਸੀਂ ਕਲੀਅਰ ਕੱਟ ਕਰਾਂਗੇ। ਇਹ ਝਗੜੇ ਕਿੰਨੇ ਜ਼ਖਮੀ ਮੈਮ? ਇਹਦੇ ਵਿੱਚ ਜ਼ਖਮੀ ਅਜੇ ਫਿਲਹਾਲ ਤਾਂ ਕੋਈ ਨਹੀਂ ਸਾਨੂੰ ਮਿਲਿਆ। ਮੈਡਮ ਜਿਹੜੀ ਕੁੱਟਮਾਰ ਹੋਈ ਉਹ ਪਤਾ ਲੱਗਾ ਵੀ ਹਲੋ ਹੋਸਪਿਟਲ ਦਾਖਲ ਹੈ? ਸਾਨੂੰ ਅਜੇ ਇੰਟੀਮੇਸ਼ਨ ਨਹੀਂ ਹੈਗੀ ਮਿਲੀ, ਜਦੋਂ ਉਹਦੀ ਕੋਈ ਇੰਟੀਮੇਸ਼ਨ ਮਿਲੂਗੀ ਵੀ ਕੀ ਸਟੇਟਮੈਂਟ ਦਿੱਤਾ, ਫਿਰ ਉਹਦੇ ਮੁਤਾਬਕ ਕਰਾਂਗੇ। ਮੈਮ ਜਿਹੜਾ ਪਹਿਲੇ ਦਿਨ ਝਗੜਾ ਹੋਇਆ ਜੀ, ਜਿੱਦਣ ਐਸੈਂਸ਼ੀਅਲ ਡੇ ਨੂੰ ਜੀ, ਕੀ ਉਦਣ ਕਾਲਜ ਦੇ ਸਟਾਫ ਨੇ ਜਾਂ ਪ੍ਰਿੰਸੀਪਲ ਸਾਹਿਬ ਨੇ ਤੁਹਾਨੂੰ ਇਨਫੋਰਮ ਕੀਤਾ ਉਦਣ, ਜਾਂ ਕੋਈ ਐਪਲੀਕੇਸ਼ਨ ਦਿੱਤੀ ਜੀ? ਸਾਨੂੰ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਕੋਈ, ਉਦਾਂ ਇਹਨਾਂ ਨੇ ਦੱਸਿਆ ਤੇ ਸਾਡੀ ਪੁਲਿਸ ਆਈ ਜਦ ਕਿ ਉਦੋਂ ਖਤਮ ਹੋ ਗਿਆ ਸੀ ਕੰਮ, ਲੇਕਿਨ ਕੋਈ ਐਪਲੀਕੇਸ਼ਨ ਕੋਈ ਨਹੀਂ ਸਾਨੂੰ ਇਹਨਾਂ ਮੂਵ ਕੀਤੀ। ਆਪਾਂ ਮੰਨਦੇ ਹਾਂ ਜੇ ਉਦਣ ਐਪਲੀਕੇਸ਼ਨ ਹੋ ਜਾਂਦੀ ਜਾਂ ਪੁਲਿਸ ਨੂੰ ਸਹਿਯੋਗ ਦਿੱਤਾ ਜਾਂਦਾ ਤੇ ਆ ਜਿਹੜਾ ਝਗੜਾ ਰੁਕ ਸਕਦਾ ਸੀ। ਚਲੋ ਹੋ ਵੀ ਸਕਦਾ ਕਿ ਜੇ ਆਪਾਂ ਨੂੰ ਐਵੇਂ ਦਾ ਹੁੰਦਾ ਦੱਸਦੇ ਤੇ ਸ਼ਾਇਦ ਨਾ ਵੀ ਹੁੰਦਾ। ਅੱਗੇ ਜਾਂਚ, ਅੱਗੇ ਹੁਣ ਅਸੀਂ ਐਫ ਆਈ ਆਰ ਦਰਜ ਕਰ ਰਹੇ ਹਾਂ ਤੇ ਜਿਹੜੀ ਤਫਤੀਸ਼ ਆਊਗੀ ਬਾਕੀ ਉਹ ਸਾਰਾ ਜੋ ਇਹਦੇ ਅਸੀਂ ਅਮਲ 'ਚ ਲਿਆਉਂਗੇ ਜੋ ਵੀ। ਕੀ ਮੈਡਮ ਦੋਵਾਂ ਤਰ੍ਹਾਂ ਦੀ ਹੋਊਗੀ ਕਿ ਜਾਂ ਇੱਕ ਪਾਸੇ? ਨਹੀਂ, ਇਹ ਤੇ ਅਸੀਂ ਦੇਖਾਂਗੇ, ਤਫਤੀਸ਼ ਕਰਾਂਗੇ ਕਿ ਕੀ ਇਹ ਬਣਦੀ ਹੈਗੀ ਆ ਜਾਂ ਨਹੀਂ ਬਣਦੀ ਹੈਗੀ। ਥੈਂਕਸ। ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ। ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।